ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਅਤੇ ਹੋ ਗਿਆ ਅੱਜ ਦਾ ਵਲੋਗ ਸ਼ੁਰੂ। ਮੰਮੀ ਵੀ ਮੰਜੇ 'ਤੇ ਚਾਦਰ ਲਾਉਣ ਲੱਗੀ ਹੈ, ਮੇਰੇ ਮੰਜੇ 'ਤੇ, ਅਤੇ ਪਰੀ ਵੀ ਮੂੰਹ 'ਤੇ ਕਰੀਮ ਲਾ ਕੇ ਬੈਠੀ ਹੈ। ਸਾਰਿਆਂ ਨੂੰ ਵੀ ਰਾਮ ਰਾਮ ਅਤੇ ਸ਼ਹਿਰ ਵਾਲਿਆਂ ਨੂੰ ਨਮਸਤੇ। ਆ ਗਏ ਵੀ ਅਸੀਂ ਇੱਕ ਨਵਾਂ ਜਿਹਾ ਵਲੋਗ ਲੈ ਕੇ, ਅਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ, ਪਸੰਦ ਆਵੇ ਤਾਂ ਵੀ। ਮੰਜੇ ਧੋਤੇ ਅਤੇ ਸਾਰੇ ਮੰਜਿਆਂ 'ਤੇ ਲਾ ਦਿੰਦੇ ਹਾਂ ਡਬਲ ਡਬਲ ਚਾਦਰਾਂ। ਅਤੇ ਆਹ ਦੇਖੋ ਵੀ ਮੰਜੇ ਦਾ ਡਿਜ਼ਾਇਨ ਦੇਖੋ, ਹੋਮਮੇਡ ਮੰਜਾ ਹੈ, ਸੰਘਿਆ ਵਾਲਾ ਮੰਜਾ ਹੈ, ਸਟਾਰ ਸਟਾਰ ਬਣੇ ਵੇ। ਸਾਲ ਹੋ ਗਏ ਬਣਾ ਬੁਣੇ ਨੂੰ ਨਾ, 15 ਨਾਲ ਜ਼ਿਆਦਾ ਹੀ ਹੋ ਗਏ, 10 ਤੱਕ 11 ਤੱਕ ਆਪਾਂ ਨੂੰ ਇੱਥੇ ਆਇਆ ਹੋ ਗਏ। ਹਾਂ, ਅਤੇ 15 ਨਾਲ ਜ਼ਿਆਦਾ ਹੋ ਗਏ ਵੀ, ਉੱਥੇ 6-7 ਸਾਲ ਹੋ ਗਏ ਸੀ, 16-17 ਸਾਲ ਹੋ ਗਏ ਬੁਣੇ ਨੂੰ। ਇਹ ਵੀ 8 ਕਲੀਏ ਦਾ ਮੰਜਾ ਹੈ ਸੰਘਿਆ ਵਾਲਾ, ਅਤੇ ਜੇ ਕਿਸੇ ਨੇ ਡਿਜ਼ਾਇਨ ਇਹਦਾ ਲਾਉਣਾ ਹੋਵੇ ਤਾਂ ਦੱਸ ਦਿਆਂਗੇ ਵੀ। ਆਹ 14 ਰੱਸੀਆਂ ਪੈਂਦੀਆਂ ਸੰਘੇ ਦੀਆਂ, ਆ ਜੋਟਿਆਂ ਦੇ ਹਿਸਾਬ ਨਾਲ ਚੱਲਦਾ ਨੇੜੇ ਕਰਕੇ ਦਿਖਾਈ। ਆ ਦੇਖੋ ਵੀ ਆ ਸੰਘੇ ਦੀਆਂ 14 ਰੱਸੀਆਂ, ਅਤੇ ਆ ਜੋਟਿਆਂ ਦੇ ਹਿਸਾਬ ਨਾਲ ਚੱਲਦਾ, 8 ਕਲੀਏ ਦਾ ਡਿਜ਼ਾਇਨ ਹੈ। ਇਹ ਵੀ ਡਿਜ਼ਾਇਨ ਮੈਂ ਪੱਖੀ ਤੋਂ ਲਾਇਆ ਸੀ, ਅਤੇ ਇਹ ਮੈਂ ਨਵੀਂ ਤਕਨੀਕ ਤੋਰੀ ਸੀ, ਮਤਲਬ ਵੀ ਕੁੰਡੀ ਵਾਲੇ ਤਾਂ ਸਾਰਿਆਂ ਨੇ ਬਣਾਏ ਸੀ ਇਹੋ ਜਿਹੇ, ਪਰ ਸੰਘਿਆ ਵਾਲੇ ਹਰੇਕ ਤੋਂ ਨਹੀਂ ਬਣਦੇ ਸੀ, ਇਹ ਸੰਘਿਆ ਵਾਲੇ ਮੈਂ ਹੀ ਬਣਾਏ ਸੀ ਇਹ। ਅਤੇ ਮੈਂ ਕਿਤੇ ਜਾ ਵੜਿਆ ਨਹੀਂ ਸੀ ਨਾ, ਕਿਸੇ ਦੇ ਮੰਜਾ ਪਿਆ ਹੁੰਦਾ ਸੀ। ਅੱਗੇ ਕੀ ਕਰਦੇ ਹੁੰਦੇ ਸੀ, ਜਿਵੇਂ ਵੱਡੇ ਵੱਡੇ ਘਰਾਂ ਦੇ ਸੋਹਣੇ ਸੋਹਣੇ ਮੰਜੇ ਪਏ ਹੁੰਦੇ ਸੀ, ਅਤੇ ਮੰਜੇ ਦੇ ਜਿਵੇਂ ਆਹ ਡਿਜ਼ਾਇਨ ਪਏ ਹੋਏ, ਹੁਣ ਆਪਾਂ ਤਾਂ ਚਾਦਰ ਲਾ ਰਹੇ ਹੁੰਦੇ, ਦਿਸਦਾ ਹੀ ਨਹੀਂ, ਆਪਾਂ ਜਵਾਕਾਂ ਦਾ ਕਰਕੇ ਲਾਉਂਦੇ ਹਾਂ। ਅਤੇ ਅੱਗੇ ਨਾ ਲੋਕ ਉਵੇਂ ਡਾਹ ਦਿੰਦੇ ਸੀ ਉਹ ਮੰਜਾ ਵੀ ਆਏ ਗਏ ਵਾਸਤੇ, ਅਤੇ ਮੈਂ ਜਿੱਥੇ ਕਿਸੇ ਦੇ ਮੰਜੇ 'ਤੇ ਬੈਠਣਾ ਰੱਸੀਆਂ ਗੈਣ ਲੱਗ ਜਾਣ, ਡਿਜ਼ਾਇਨ ਮਨ 'ਚ ਹੀ ਵਸਾ ਕੇ ਲੈ ਆਉਣਾ ਡਿਜ਼ਾਇਨ ਨੂੰ, ਬਾਹਰ ਲਾਉਣਾ ਜਾਈ ਇੱਕ ਕੰਮ ਨਹੀਂ ਥੋੜ੍ਹਾ ਜਿਹਾ ਦੱਸ ਦਿੰਦੀ ਹਾਂ। ਅਤੇ ਚੱਲ ਵੀ ਹੁਣ ਚਾਦਰ ਲਾ ਲਈਏ ਫਿਰ ਦਿਖਾਉਂਦੇ ਹਾਂ ਵੀ। ਅੱਜ ਤੇਰੇ ਪਾਪੇ ਨੂੰ ਜਵਾਨ ਕਰ ਦੇਣਾ, ਆਹ ਪੁਸ਼ਪ ਵਾਲੀ ਕਾਲੀ ਮਹਿੰਦੀ ਅਤੇ ਆਹ ਲਾਲ ਮਹਿੰਦੀ, ਦੋਨੇ ਰਲਾ ਕੇ ਇੱਕ ਇੱਕ ਪੈਕਟ 10-10 ਰੁਪਈਆਂ ਵਾਲਾ, ਅਤੇ ਅੱਜ ਲਾ ਦੇਣੀ ਇਹਦੇ ਪਾਪੇ ਦੇ ਵਾਲਾਂ 'ਚ। ਫਿਰ ਪਾਪੇ ਨੂੰ ਤਾਂ ਮੈਂ ਕੋਈ ਕੰਮ ਦਾ ਕਹਾਂ ਨਾ ਤਾਂ ਮੈਨੂੰ ਭੱਜ ਕੇ ਪੈਂਦਾ, ਮੇਰਾ ਆਖਿਆ ਵੇ ਕੰਮ ਕਰਦਾ ਨਹੀਂ, ਅਤੇ ਮੈਂ ਨਾ ਹੋਵਾਂ ਨਾ ਤੇਰੇ ਪਾਪੇ ਦਾ ਕੁਛ ਨਹੀਂ ਬਣਦਾ। ਪਹਿਲਾਂ ਵੀ ਮੈਂ ਬੈਠੂੰਗੀ ਮੰਜੇ 'ਤੇ, ਦਾਈ ਲਾਉਂਗੀ ਅਤੇ ਫਿਰ ਇਹ ਬੈਠੂੰਗਾ ਮੰਜੇ 'ਤੇ, ਅਤੇ ਮੈਂ ਬੈਠੂੰਗੀ ਫੱਟੀ 'ਚ। ਅੱਜ ਦਾ ਵੀਡੀਓ ਵਿੱਚ ਸਪੈਸ਼ਲ ਆਉਂਦਾ, ਕਿਉਂ ਇਹਨੇ ਜਾਣਾ ਨਾ 4-5 ਦਿਨ ਤੇਰੇ ਪਾਪੇ ਨੇ ਆਪਦੇ ਪੇਕੇ। ਅੱਛਾ, ਕਦੋਂ ਜਾਣਾ, ਹਜੇ ਹੋਏ ਨਹੀਂ ਕਰਾਈ, ਚੱਲ ਹੋਊਗੀ। ਇੱਕ ਹੋਰ ਹੀ ਆਉਂਦਾ ਤੇਲ ਜਾ, ਸਿੱਧਾ ਐਵੇਂ ਐਵੇਂ ਮਲ ਲਵੇ ਤੇ ਵਾਲ ਕਾਲੇ ਹੋ ਜਾਂਦੇ ਉਹਦੇ ਨਾਲ, ਚਮੜੀ ਤੇ ਨਹੀਂ ਚੜਦਾ ਜਮਾ ਹੀ, ਚਮੜੀ ਤੇ ਜਮਾ ਹੀ ਨਹੀਂ ਚੜਦਾ ਉਹ, ਤੇ ਸਿੱਧਾ ਵਾਲਾਂ ਵਾਲ ਹੀ ਕਾਲੇ ਕਰ ਦਿੰਦਾ। ਪਰੀ ਵੀ ਵੇਖਦੀ ਹੈ, ਕੰਮ ਸਿੱਖਦੀ ਪਰੀ ਵੀ ਕਿਵੇਂ ਪਾਰਲਰ ਦਾ ਹੈ।
ਇਹ ਵੀ ਛੋਲੇ ਬੰਦਿਆਂ ਦੇ ਕੰਮ ਹੈ। ਜਦੋਂ ਅਸੀਂ ਦਾੜੀ ਦੂੜੀ ਕਟਿੰਗ ਕੁਟਿੰਗ ਕਰਾਉਂਦਾ ਨਾ ਟਾਈਮ ਬਾਹਲਾ ਲੱਗ ਜਾਂਦਾ ਨਾਈ ਕੋਲ, ਦੋ ਦੋ ਵਾਰੀ ਜਾ ਜਾ ਕੇ ਆਉਣਾ ਪੈਂਦਾ, ਜਿੱਥੇ ਮੁੱਛਾਂ ਮਾਛਾ ਸੂਟ ਕਰਾਉਣੀਆਂ ਹੁੰਦੀਆਂ ਨਾ ਉੱਥੇ ਹੀ ਜਾਂਦਾ। ਹਾਲੋ ਰੋਟੀ ਇੱਕੋ ਜਿਹੇ ਟਾਈਮ ਲਾ ਕੇ ਆਊਗਾ। ਬਲੀਚ ਘੋਲਣੀ, ਦੋਨੇ ਹੱਥਾਂ ਦੇ ਨਾਲ ਲਾ ਕੇ ਪੈਰਾਂ ਦੇ ਨਾਲ ਦੇਣੀ। ਮੈਂ ਨਹੀਂ ਲਵਾਉਂਦਾ, ਮੈਂ ਡੰਗ ਮਾਰਦੀ ਬਲੀਚ। ਸਾਰੀ ਦੁਨੀਆ ਲਵਾਈ ਜਾਂਦੀ ਹੈ ਅੱਜਕੱਲ੍ਹ, ਤਾਂ ਰੱਖੀ ਚੱਕ ਕੇ ਥੱਲੇ ਨਾ ਲਈ, ਥੱਲੇ ਕੋਈ ਡਿੱਗ ਪੂਆ ਤਿਲਕਣੀ ਹੈਗੀ ਹੈ ਨਾ ਵੀ। ਰਾਤ ਉੱਠਣ ਹੀ ਨਹੀਂ ਦਿਆ। ਲਵੀ ਅੱਜ ਪੈਰ ਪੂਰ ਸਾਰੇ ਸਾਫ ਸੂਫ ਕਰਕੇ, ਸਿਰ 'ਤੇ ਵੀ ਮਹਿੰਦੀ ਲਾ ਤੀ, ਕੇਅਰ ਕਰਦੇ ਹਾਂ ਵੀ ਪੈਰਾਂ 'ਤੇ ਲਾ ਤੀ ਬਲੀਚ, ਅਤੇ ਹੁਣ ਆ ਪੂਰੀ ਫੇਸ਼ੀਅਲ ਕਿੱਟ ਹੈ ਜਿਹੜੀ ਵਾਰੀ ਵਾਰੀ ਨਾਲ ਮਸਾਜ ਕਰ ਦੇਣੀ ਹੈ ਪੈਰਾਂ 'ਤੇ, ਅਤੇ ਵਧੀਆ ਬਣ ਜਾਣੇ ਆ। ਅਤੇ ਅੱਜ ਕੱਲ੍ਹ ਵਾਲੇ ਥੋੜ੍ਹੀ ਲਾਉਣਾ ਜਾਣਦੇ ਆ, ਤਾਂ ਕਹਿੰਦਾ ਮੈਂ ਤਾਂ ਸਰ੍ਹੋਂ ਦਾ ਤੇਲ ਲਾ ਲਊਂ। ਮੈਂ ਕਿਹਾ ਸਰ੍ਹੋਂ ਦਾ ਤੇਲ ਨਹੀਂ ਲਾਉਣਾ ਐਤਕੀ ਕਿਹੜੇ, ਦੇਖ ਮੁੱਛਾਂ ਮੱਛਾਂ ਕਾਲੀਆਂ ਕਰੀਆਂ, ਮੁੰਡਾ ਬਣੂੰਗਾ ਅੱਜ। ਬਲੀਚ ਹੋ ਗਈ, ਹੁਣ ਇੱਕ ਵਾਰੀ ਪੈਰ ਧੋ ਦਿੰਦੇ ਹਾਂ, ਧੋ ਕੇ ਪੂੰਝ ਦਿੰਦੇ ਹਾਂ। ਚੱਲ ਘੱਟ ਬਾਹਰ ਇਹਨਾਂ ਫੜੀ ਰਿੰਕੋ, ਲਵੀ ਜੀ ਕਾਲਾ ਪੈ ਗਿਆ, ਜੀ ਕਾਲਾ ਪੈ ਗਿਆ। ਪਾਰਲਰ ਅੱਗੇ ਲਿਜਾ ਕੇ ਬਿਠਾ ਦੇਣਾ, ਪੈਰ ਤਾਂ ਵੀ ਜੁੱਤੀ 'ਚ ਹੀ ਰਹਿਣੇ ਆ, ਪੈਰ ਤਾਂ ਜੁੱਤੀ 'ਚ ਹੀ ਰਹਿਣੇ ਆ। ਜੁੱਤੀ ਪਾਉਂਦਾ ਹੀ ਨਹੀਂ ਅੱਜ ਕੱਲ੍ਹ, ਗਰਮੀਆਂ 'ਚ ਚੱਕਣਾ। ਪਾਟੇ ਤਾਂ ਹੈ ਹੀ ਨਹੀਂ, ਗਾਰੇ 'ਚ ਫਿਰਦਾ ਰਹਿੰਦਾ ਨੰਗੇ ਪੈਰੀ।
ਦੋ ਨੰਬਰ ਡੱਬੀ ਸਕਰਬ ਦੀ ਮਾਲ ਸੋ ਚੁੱਕੀ ਹੈ, ਹੁਣ ਆਪਾਂ ਕਰਾਂਗੇ ਜੈੱਲ ਦੀ ਅਤੇ ਮਸਾਜ ਕਰੀਮ ਦੀ ਇਕੱਠੀ ਮਸਾਜ ਦੋਨਾਂ ਦੀ। ਫਿਰ ਲਾ ਦਿਆਂਗੇ ਸਕਰਬ ਅਤੇ ਪੈਰ ਹੋ ਜਾਣਗੇ ਤਿਆਰ। ਚੱਲ ਵੀ ਲੈ ਵੀ ਅੱਜ ਬੀਬੀ ਆਈ ਹੈ, ਅਸੀਂ ਸੇਵੀਆਂ ਬਣਾ ਕੇ ਖਵਾਤੀਆਂ ਅਤੇ ਹੁਣ ਜਾਂਦੀ ਹੈ ਵੀ ਜਲਵਾ ਕੇ। ਬੀਬੀ ਦਾ ਲੈਂਸ ਚਮਕਦਾ ਹੈ ਨਾ, ਬੀਬੀ ਦਾ ਲੈਂਸ ਉਵੇਂ ਕੈਮਰੇ 'ਚ ਚਮਕਿਆ, ਹਾਂ ਕਦੇ 'ਚ ਚਮਕਦਾ ਚਾਨਣੇ ਬੰਨੀ ਚਮਕ, ਹਾਂ ਵਧੀਆ ਵਾਲਾ ਹੈ ਨਾ। ਬੱਬੀ ਵੀ ਕਹਿੰਦਾ ਸੀ 20,000 ਦਾ ਪਵਾਏ ਹੈ ਬੱਬੀ ਦੀ, ਬੱਬੀ ਰੂਹ ਦੇ ਕੀ ਕਰਦੇ ਹੋ ਬਾਈ, ਕਾਹਤੋਂ ਖਰਾਬ ਕਰਦੇ ਹੋ ਬਾਈ ਰੰਗ, ਜੇ ਰੱਖਿਆ ਮੈਂ ਦੁਬਾਰੇ ਪੈਸੇ ਨਹੀਂ ਦੇਣੇ ਫਿਰ ਹੈਂ। ਬਾਹਰ ਖੋਲ ਲੇਂਗੀ, ਕੁੰਡੀ ਲੱਗੀ ਆ, ਕੁੰਨੀ ਲੱਗੀ ਆ ਕੁੰਨੀ, ਓਏ ਗੋਦੇ ਬੈਠੇ, ਇਹਨਾਂ ਨੂੰ ਤਾਂ ਉਠਾਉਣੇ ਪੈਣਗੇ ਬਾਹਰ ਅੱਗੋਂ। ਚੱਲ ਚੱਲ ਅੱਗੇ, ਥੋੜ੍ਹਾ ਥੋੜ੍ਹਾ ਮੀਂਹ ਬਰਸ ਗਿਆ ਬਈ ਅਤੇ ਬੱਦਲ ਹਜੇ ਵੀ ਹੈਗੇ ਆ ਪਰ ਇੰਨੇ ਹੈ ਨਹੀਂ, ਠੀਕ ਹੈ। ਚੱਲ ਪਰੀ ਉੱਥੇ ਚੱਲ ਖੰਭੇ ਕੋਲ ਚੱਲ, ਮੈਂ ਤੇਰੇ ਨਾਲ ਹੈ, ਪਸ਼ੂਆਂ ਤੋਂ ਡਰ ਲੱਗਦਾ ਹੈਂ। ਵੀ ਗਾਈਆਂ ਆ ਗਈਆਂ ਸਾਡੇ ਬਹੁਤ ਜ਼ਿਆਦਾ, ਸਾਡੇ ਤਾਂ ਕਹਿ ਦਿੰਦੇ ਗਾਈਆਂ ਦਾ ਵੱਗ ਅਤੇ ਬਾਗੜੀ ਲੋਕ ਸਾਡੇ ਗੋਲਡ ਗੋਲਡ ਗੋਲ ਗੋਲ ਕਰਦੇ ਰਹਿੰਦੇ ਪਤਾ ਨਹੀਂ। ਬਾਈ ਇੱਧਰ ਆਇਓ, ਹੋਰ ਨਿਰਾ ਹੀ ਗੋਹਾ ਕਰਕੇ ਜਾਣਗੀਆਂ ਬਈ। ਗਈਆਂ ਆ ਗਈਆਂ ਬਹੁਤ ਸਾਰੀਆਂ ਸਾਡੇ ਗਊਸ਼ਾਲਾ ਨੂੰ ਵੀ ਜ਼ਿਆਦਾ,
ਇੱਧਰ ਕਿੱਧਰ ਜਾਣਾ ਉਹਨਾਂ ਚੋਂ ਤਰੇ ਵੀ ਨਹੀਂ ਇੱਧਰ ਆਏ। ਤਾਂ ਬਈ ਗਾਈਆਂ ਆ ਕੇ ਖੜ ਗਈਆਂ ਨਿਰੀਆਂ ਹੀ ਸਾਡੇ ਮੁਸਲਮਾਨ ਲੈ ਕੇ ਆਉਂਦੇ ਗਾਈਆਂ। ਜਾ ਆਪੂ ਥੱਲੇ ਚੱਲ। ਰਿੰਕੂ ਨੂੰ ਕਹਿੰਦੀ ਮੈਂ ਤੜਕੇ ਤਾਂ ਗਿਆ ਵੇ ਹੁਣ ਆਇਆ ਆ ਕੀ ਵਾਲ ਜੇ ਵਧਾ ਰੱਖਿਆ ਹੇਅਰ ਸਟਾਈਲ। ਕਿਹੋ ਜਿਹੇ ਪੁਰਾਣੀ ਖੜੇ। ਆ ਜਾਓ। ਚਲੋ ਵੀ ਅੱਜ ਦੇ ਵੀਡੀਓ ਨੂੰ ਕਰਦੇ ਹਾਂ ਐਂਡ। ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਹੋ ਅਤੇ ਪੁਰਾਣੇ ਨਵੇਂ ਸਾਰੇ ਕਰ ਲਿਓ ਕਮੈਂਟ। ਅਤੇ ਚਲੋ ਵੀ ਰਾਮ ਰਾਮ ਮੰਨਦੇ ਰਹੋ। ਬਾਏ ਬਾਏ ਕਰੋ ਵੀ। ਬਾਏ ਬਾਏ ਕਰੋ। ਪਰੀ ਬਾਏ ਕਰ। ਪਰੀ ਅੱਜ ਪਰੀ ਆਕੜੀ ਖੜੀ ਇੱਕ ਨਾ ਇੱਕ ਆਕੜੀ ਰਹੂਗੀ। ਬਾਏ ਬਾਏ ਵੀ ਮਿੱਤਰੋ, ਮਿਲਾਂਗੇ ਕੱਲ੍ਹ ਨੂੰ ਇੱਕ ਨਵੇਂ ਵਲੋਗ 'ਚ।